ਸ਼ਹੀਦ ਸ਼ੁਭਕਰਨ ਦੇ ਲਈ ਉਸਦੇ ਪਿੰਡ ਵਾਲਿਆਂ ਦੇ ਵੱਲੋਂ ਯਾਦਗਾਰ ਬਣਵਾਈ ਜਾ ਰਹੀ ਹੈ। ਪਿੰਡ ਵਾਲਿਆਂ ਨੇ ਮਤਾ ਪਾ ਕੇ ਇੱਕ ਕਨਾਲ ਗੁਰੂ ਘਰ ਦੀ ਜ਼ਮੀਨ ਦੇ ਦਿੱਤੀ ਹੈ ਤੇ ਹੁਣ ਉੱਥੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀ ਕਿਸਾਨੀ ਅੰਦੋਲਨ ਨੂੰ ਲੈ ਕੇ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਪਿੰਡ ਬੱਲੋ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਯਾਦ ਦੇ ਵਿੱਚ ਉਸਦੇ ਪਿੰਡ ਬੱਲੋ ਦੇ ਵਿੱਚ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਪਿੰਡ ਵਾਲਿਆਂ ਨੇ ਇਕੱਠੇ ਮਤਾ ਪਾ ਕੇ ਗੁਰੂ ਘਰ ਦੀ ਇੱਕ ਕਨਾਲ ਦੀ ਜ਼ਮੀਨ ਦੇ ਦਿੱਤੀ ਹੈ, ਜਿਸ ਦੇ ਉੱਤੇ ਸ਼ੁਭਕਰਨ ਦੀ ਯਾਦ ਦੇ ਵਿੱਚ ਇੱਕ ਪਾਰਕ ਬਣਾਇਆ ਜਾਵੇਗਾ ਤੇ ਸੰਸਕਾਰ ਵੀ ਇਸੇ ਥਾਂ ਤੇ ਸ਼ੁਭਕਰਨ ਸਿੰਘ ਦਾ ਕੀਤਾ ਜਾਵੇਗਾ। ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਉਹ ਸ਼ੁਭਕਰਨ ਨੂੰ ਪੂਰੀ ਜ਼ਿੰਦਗੀ ਭਰ ਯਾਦ ਰੱਖਣਗੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਛੋਟਾ ਜਿਹਾ ਉਪਰਾਲਾ ਸ਼ੁਭਕਰਨ ਲਈ ਸ਼ਰਧਾਂਜਲੀ ਹੈ। ਇੱਥੇ ਜੀ ਗੁਰਦੁਆਰਾ ਦੀ ਜ਼ਮੀਨ ਆ ਜੀ, ਉਹ ਦਿੱਤੀ ਗਈ ਹੈ ਜੀ, ਇਹ ਪਾਰਕ ਵਾਸਤੇ ਦਿੱਤੀ ਗਈ ਹੈ। ਪੰਚਾਇਤ ਨੇ ਮਤਾ ਪਾਤਾ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਮਤਾ ਪਾਇਆ ਜੀ। ਸਾਡੀ ਮਜ਼ਦੂਰ ਜੁਨੀਅਰ ਆ ਜੀ, ਅਸੀਂ ਉਹਦਾ ਕਰਕੇ ਜੀ ਸੇਵਾ ਕਰਨਾ ਹੈ ਜੀ। ਕੀ ਮਤਾ ਸਫਾਈ ਹੈ ਜੀ, ਇਹ ਜੀ ਪਾਰਕ ਬਣਨ ਦਾ ਵੀ ਉਹਨਾਂ ਦੀ ਤਸਵੀਰ ਲੱਗ ਗਈ ਜੀ। ਹਾਂਜੀ, ਸ਼ਹੀਦ ਹੋਏ ਬੜੀ ਛੋਟੀ ਉਮਰ ਸੀ, ਹਾਂਜੀ ਸ਼ਹੀਦ ਹੋਏ ਜੀ, ਉੱਥੇ ਗੋਲੀਆਂ ਵੱਜਣ ਲੱਗੀਆਂ ਜੀ। ਬੜਾ ਦੁੱਖ ਵੀ ਬਹੁਤ ਦੁੱਖ ਵਾਲੀ ਗੱਲ ਹੈ ਜੀ। ਹਾਂਜੀ, ਬਹੁਤ ਦੁੱਖ ਵਾਲੀ ਗੱਲ ਹੈ ਜੀ। ਲੱਗਦਾ ਇਹ ਜਿਹੜੀ ਯਾਦਗਾਰ ਬਣੂਗੀ ਰਹਿੰਦੀ ਦੁਨੀਆ ਤੱਕ। ਹਾਂ, ਰਹਿੰਦੀ ਦੁਨੀਆ ਤੱਕ ਜੀ ਯਾਦ ਰਹੂਗਾ ਜੀ। ਹਾਂਜੀ, ਇਹਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਜੀ, ਲੋਕ ਸਾਥ ਵੀ ਬਹੁਤ ਦੇ ਰਹੇ ਹੈ ਜੀ। ਹਾਂਜੀ, ਠੀਕ ਹੈ। ਅਸੀਂ ਜੀ ਜੋ ਸਾਡੇ ਪਿੰਡ ਦਾ ਬਹੁਤ ਨੌਜਵਾਨ ਆ, ਗੱਗੂ ਸਿੰਘ ਪਿੰਡ ਦਾ, ਗੱਗੂ ਗੱਗੂ ਸਿੰਘ ਕਹਿੰਦੇ ਉਹਨੂੰ ਜੀ, ਅਤੇ ਬਹੁਤ ਬੰਦਾ ਨੇਕ ਸੀਗਾ ਜੀ। ਬਾਕੀ ਉਹਦੀ ਯਾਦਗਾਰ ਵਾਸਤੇ ਅਸੀਂ ਪਾਰਕ, ਸਿੱਧੀ ਪਾਰਕ ਬਣਾਉਣ ਦੀ ਮੰਗ ਰੱਖੀ ਹੈ ਜੀ। ਬਾਕੀ ਗੁਰਦੁਆਰਾ ਸਾਹਿਬ ਤੋਂ ਜ਼ਮੀਨ ਅਸੀਂ ਪ੍ਰੋਵਾਈਡ ਕਰਵਾ ਲਈ ਹੈ। ਬਾਕੀ ਇਸ ਸਰਕਾਰ ਨੂੰ ਕਹਿੰਦੇ ਜਿਹੜੇ ਸਿੱਧੀ ਪਾਰਕ ਦੇ ਜਿੰਨਾ ਵੀ ਖਰਚਾ ਹੋਊ ਸਰਕਾਰ ਪ੍ਰਸ਼ਾਸਨ ਸਾਨੂੰ ਦੇਵੇ ਉਹਦਾ। ਇਹ ਜੀ ਜਗ੍ਹਾ ਤਾਂ ਕਨਾਲ ਤੋਂ ਉੱਪਰ ਦੇ ਦਾਂਗੇ ਜੀ, ਪਾਰਕ ਬਣਾਉਣ ਵਾਸਤੇ। ਇਹ ਲੋਕਾਂ ਦਾ ਧੰਨਵਾਦ ਕਰਦੇ ਜੀ, ਆਮ ਪਬਲਿਕ ਦਾ ਜੀ, ਜਿਹਨਾਂ ਨੇ ਇੰਨੀ ਮਦਦ ਕੀਤੀ ਹੈ ਜੀ। ਇੱਥੇ ਬਹੁਤ ਪੈਸਾ ਭੇਜਿਆ ਜੀ ਲੋਕਾਂ ਨੇ, ਆਮ ਲੋਕਾਂ ਨੇ ਭੇਜਿਆ ਜੀ। ਮਤਾ ਕੀ ਪਾਇਆ ਪੰਚਾਇਤ? ਮਤਾ ਜੀ ਇੱਥੇ ਪਾਰਕ ਬਣਾਇਆ ਜਾਊ ਜੀ ਉਹਦੀ ਯਾਦ ਦੇ ਵਿੱਚ ਜੀ। ਸ਼ਹੀਦ ਸ਼ੁਭਕਰਨ ਦੇ ਲਈ ਉਸਦੇ ਪਿੰਡ ਵਾਲਿਆਂ ਦੇ ਵੱਲੋਂ ਯਾਦਗਾਰ ਬਣਵਾਈ ਜਾ ਰਹੀ ਹੈ। ਪਿੰਡ ਵਾਲਿਆਂ ਨੇ ਮਤਾ ਪਾ ਕੇ ਇੱਕ ਕਨਾਲ ਗੁਰੂ ਘਰ ਦੀ ਜ਼ਮੀਨ ਦੇ ਦਿੱਤੀ ਹੈ ਤੇ ਹੁਣ ਉੱਥੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀ ਕਿਸਾਨੀ ਅੰਦੋਲਨ ਨੂੰ ਲੈ ਕੇ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਪਿੰਡ ਬੱਲੋ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਯਾਦ ਦੇ ਵਿੱਚ ਉਸਦੇ ਪਿੰਡ ਬੱਲੋ ਦੇ ਵਿੱਚ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਪਿੰਡ ਵਾਲਿਆਂ ਨੇ ਇਕੱਠੇ ਮਤਾ ਪਾ ਕੇ ਗੁਰੂ ਘਰ ਦੀ ਇੱਕ ਕਨਾਲ ਦੀ ਜ਼ਮੀਨ ਦੇ ਦਿੱਤੀ ਹੈ, ਜਿਸ ਦੇ ਉੱਤੇ ਸ਼ੁਭਕਰਨ ਦੀ ਯਾਦ ਦੇ ਵਿੱਚ ਇੱਕ ਪਾਰਕ ਬਣਾਇਆ ਜਾਵੇਗਾ ਤੇ ਸੰਸਕਾਰ ਵੀ ਇਸੇ ਥਾਂ ਤੇ ਸ਼ੁਭਕਰਨ ਸਿੰਘ ਦਾ ਕੀਤਾ ਜਾਵੇਗਾ। ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਉਹ ਸ਼ੁਭਕਰਨ ਨੂੰ ਪੂਰੀ ਜ਼ਿੰਦਗੀ ਭਰ ਯਾਦ ਰੱਖਣਗੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਛੋਟਾ ਜਿਹਾ ਉਪਰਾਲਾ ਸ਼ੁਭਕਰਨ ਲਈ ਸ਼ਰਧਾਂਜਲੀ ਹੈ। ਇੱਥੇ ਜੀ ਗੁਰਦੁਆਰਾ ਦੀ ਜ਼ਮੀਨ ਆ ਜੀ, ਉਹ ਦਿੱਤੀ ਗਈ ਹੈ ਜੀ, ਇਹ ਪਾਰਕ ਵਾਸਤੇ ਦਿੱਤੀ ਗਈ ਹੈ ਜੀ। ਪੰਚਾਇਤ ਨੇ ਮਤਾ ਪਾਤਾ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਮਤਾ ਪਾਇਆ ਜੀ। ਸਾਡੀ ਮਜ਼ਦੂਰ ਜੁਨੀਅਰ ਆ ਜੀ, ਅਸੀਂ ਉਹਦਾ ਕਰਕੇ ਜੀ ਸੇਵਾ ਕਰਨਾ ਹੈ ਜੀ। ਕੀ ਮਤਾ ਸਫਾਈ ਹੈ ਜੀ, ਇਹ ਜੀ ਪਾਰਕ ਬਣਨ ਦਾ ਵੀ ਉਹਨਾਂ ਦੀ ਤਸਵੀਰ ਲੱਗ ਗਈ ਜੀ। ਹਾਂਜੀ, ਸ਼ਹੀਦ ਹੋਏ ਬੜੀ ਛੋਟੀ ਉਮਰ ਸੀ, ਹਾਂਜੀ ਸ਼ਹੀਦ ਹੋਏ, ਉੱਥੇ ਗੋਲੀਆਂ ਵੱਜਣ ਲੱਗੀਆਂ ਜੀ। ਬੜਾ ਦੁੱਖ ਵੀ ਬਹੁਤ ਦੁੱਖ ਵਾਲੀ ਗੱਲ ਹੈ ਜੀ। ਹਾਂਜੀ, ਬਹੁਤ ਦੁੱਖ ਵਾਲੀ ਗੱਲ ਹੈ ਜੀ। ਲੱਗਦਾ ਇਹ ਜਿਹੜੀ ਯਾਦਗਾਰ ਬਣੂਗੀ ਰਹਿੰਦੀ ਦੁਨੀਆ ਤੱਕ। ਹਾਂ, ਰਹਿੰਦੀ ਦੁਨੀਆ ਤੱਕ ਜੀ ਯਾਦ ਰਹੂਗਾ ਜੀ। ਹਾਂਜੀ, ਇਹਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਜੀ, ਲੋਕ ਸਾਥ ਵੀ ਬਹੁਤ ਦੇ ਰਹੇ ਹੈ ਜੀ। ਹਾਂਜੀ, ਠੀਕ ਹੈ। ਅਸੀਂ ਜੀ ਜੋ ਸਾਡੇ ਪਿੰਡ ਦਾ ਬਹੁਤ ਨੌਜਵਾਨ ਆ, ਗੱਗੂ ਸਿੰਘ ਪਿੰਡ ਦਾ,
ਗੱਗੂ ਸਿੰਘ ਕਹਿੰਦੇ ਉਹਨੂੰ ਜੀ, ਅਤੇ ਬਹੁਤ ਬੰਦਾ ਨੇਕ ਸੀਗਾ ਜੀ। ਬਾਕੀ ਉਹਦੀ ਯਾਦਗਾਰ ਵਾਸਤੇ ਅਸੀਂ ਪਾਰਕ, ਸਿੱਧੀ ਪਾਰਕ ਬਣਾਉਣ ਦੀ ਮੰਗ ਰੱਖੀ ਹੈ ਜੀ। ਬਾਕੀ ਗੁਰਦੁਆਰਾ ਸਾਹਿਬ ਤੋਂ ਜ਼ਮੀਨ ਅਸੀਂ ਪ੍ਰੋਵਾਈਡ ਕਰਵਾ ਲਈ ਹੈ। ਬਾਕੀ ਸਰਕਾਰ ਨੂੰ ਕਹਿੰਦੇ ਜਿਹੜੇ ਸਿੱਧੀ ਪਾਰਕ ਦੇ ਜਿੰਨਾ ਵੀ ਖਰਚਾ ਹੋਊ ਸਰਕਾਰ ਪ੍ਰਸ਼ਾਸਨ ਸਾਨੂੰ ਦੇਵੇ ਉਹਦਾ। ਇਹ ਜੀ ਜਗ੍ਹਾ ਤਾਂ ਕਨਾਲ ਤੋਂ ਉੱਪਰ ਦੇ ਦਾਂਗੇ ਜੀ, ਪਾਰਕ ਬਣਾਉਣ ਵਾਸਤੇ। ਇਹ ਲੋਕਾਂ ਦਾ ਧੰਨਵਾਦ ਕਰਦੇ ਜੀ, ਆਮ ਪਬਲਿਕ ਦਾ ਜੀ, ਜਿਹਨਾਂ ਨੇ ਇੰਨੀ ਮਦਦ ਕੀਤੀ ਹੈ ਜੀ। ਇੱਥੇ ਬਹੁਤ ਪੈਸਾ ਭੇਜਿਆ ਜੀ ਲੋਕਾਂ ਨੇ, ਆਮ ਲੋਕਾਂ ਨੇ ਭੇਜਿਆ ਜੀ। ਮਤਾ ਕੀ ਪਾਇਆ ਪੰਚਾਇਤ? ਮਤਾ ਜੀ ਇੱਥੇ ਪਾਰਕ ਬਣਾਇਆ ਜਾਊ ਜੀ ਉਹਦੀ ਯਾਦ ਦੇ ਵਿੱਚ ਜੀ।